निर्णय प्रक्रिया केंद्र तथा ऑफसेट पार्टनर को लेकर तीन विषय प्रमुखता से उठाए गए थे। कहा कि 14 दिसंबर 2018 को माननीय सर्वोच्च न्यायालय ने सभी याचिकाओं पर सुनवाई के दौरान इस पर पूरी प्रक्रिया को पारदर्शी एवं नियमों के अनुरूप पाया है। कहा कि कांग्रेस सरकार बीजेपी को बदनाम करने की कोशिश कर रही है, जिसको लेकर आज डीसी के जरिए राष्ट्रपति को ज्ञापन भेजा गया ताकि कांग्रेस द्वारा फैलाई जा रही झूठी अफवाहों पर रोक लग सके। डीसी दफ्तर असी मानयोग डीसी दफ्तर डीसी साहब दे राही राष्ट्रपति जी ने एक ज्ञापन दिता है कि असी जड़ा एक रफेल दे मुद्दे नू झूठा प्रचार बना के राहुल गांधी ने देश भर दे विच प्रचार किया, इहदे नाल राष्ट्रीय सुरक्षा जिहड़ी है राष्ट्रीय सुरक्षा साडी क्वेश्चन मार्क दे घेरे दे विच लियांदी, ऐसे बंदे नू लोक सेवा तों मुक्त कर दिता जावे ताकि वो इस सेवा दे लायक नहीं है, जिहड़ा कि ऐसे साडी सुरक्षा नू लै के अंतरराष्ट्रीय स्तर दे उत्ते साडा जिहड़ा ग्राफ है उहनू घट करन दी कोशिश कीती। एक विरोधी पार्टियां वालों कहा जा रहा है कि बीजेपी बुखला गई है, जिहड़े उन्हां दी सरकार होण दे बावजूद भी मेमोरेंडम दे रही है, इहदे विच बीजेपी दी बुखलाहट नहीं है, असी उहनां नू लोक सेवा तों मुक्त करन लई इह आवाज़ उठाई है कि जिहड़ा एक लोक सेवा जदों MP चुनिया जांदा वै ਉਹ ਲੋਕ ਸੇਵਾਦਾਰ ਹੋ ਜਾਂਦਾ ਹੈ ਔਰ ਦੇਸ਼ ਦੀ ਸੁਰੱਖਿਆ ਦੀ ਉਹ ਕਸਮ ਖਾਂਦਾ, ਮਗਰ ਉਹਨੇ ਦੇਸ਼ ਦੀ ਕਸਮ ਜਿਹੜੀ ਖਾਈ ਹੋਈ ਹੈ ਉਹ ਸੁਰੱਖਿਆ 'ਤੇ ਹੀ ਕੁਸ਼ਚਨ ਮਾਰਕ ਲਗਾ ਦਿੱਤਾ। ਅਸੀਂ ਇਸ ਵਜ੍ਹਾ ਨਾਲ ਉਹਦਾ ਪ੍ਰੋਟੈਸਟ ਕਰਦੇ ਹਾਂ ਕਿ ਉਹਨਾਂ ਨੂੰ ਲੋਕ ਸੇਵਾ ਦਿਓ। ਹਾਂਜੀ, ਅੱਜ ਦੇਸ਼ ਦੇ ਮਹਾਮਹਿਮ ਮਾਨਯ ਰਾਸ਼ਟਰਪਤੀ ਦੇ ਜੀ ਦੇ ਨਾਮ ਦੇ ਉੱਤੇ ਇੱਕ ਗਿਆਪਨ ਜ਼ਿਲ੍ਹਾਧੀਸ਼ ਲੁਧਿਆਣਾ ਦੇ ਮਾਧਿਅਮ ਦੇ ਰਾਹੀਂ ਸਾਡੇ ਸਾਰੇ ਵਰਕਰ ਦੇਸ਼ ਭਗਤ ਤਾਕਤਾਂ ਨੇ ਭੇਜਿਆ ਕਿ ਜਿਹੜੀ ਰਾਫੇਲ ਡੀਲ ਦੇ ਉੱਤੇ ਜਿਹੜਾ ਦੇਸ਼ ਦੀ ਸੁਰੱਖਿਆ ਦੇ ਨਾਲ ਜੁੜਿਆ ਵਿਸ਼ੇ ਹੈ ਉਸ ਵਿਸ਼ੇ ਨੂੰ ਪ੍ਰਿਟੀਕਲਾਈਜ਼ ਕਰਕੇ ਆਲ ਇੰਡੀਆ ਕਾਂਗਰਸ ਕਮੇਟੀ ਦੇ ਪ੍ਰਧਾਨ ਸ਼੍ਰੀ ਰਾਹੁਲ ਗਾਂਧੀ ਜੀ ਨੇ ਦੇਸ਼ ਦੀ ਸੁਰੱਖਿਆ ਨਾਲ ਖਿਲਵਾੜ ਕਰਨ ਦਾ ਪ੍ਰਯਤਨ ਕੀਤਾ ਔਰ ਦੇਸ਼ ਦੀ ਅਸਮਿਤਾ ਨੂੰ ਦੇਸ਼ ਦੇ ਮਾਨ ਸਨਮਾਨ ਨੂੰ ਆਪਣੇ ਪੋਲੀਟੀਕਲ ਹਿੱਤ ਸਾਧਨ ਦੇ ਲਈ ਉਹਨਾਂ ਨੇ ਠੇਸ ਪਹੁੰਚਾਈ ਹੈ। ਬੇਸਲੈਸ ਗੱਲਾਂ ਕਰਕੇ ਭਾਰਤ ਦੇ ਸਰਵੋੱਚ ਨਿਆਇਲਿਆ ਸੁਪਰੀਮ ਕੋਰਟ ਆਫ ਇੰਡੀਆ ਦੇ ਵੱਲੋਂ ਇਹ ਜੱਜਮੈਂਟ ਆਉਣ ਦੇ ਬਾਅਦ ਕਿ ਇਹ ਜਿਹੜਾ ਰਾਫੇਲ ਇਸ਼ੂ ਹੈ ਇਸ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਘੁਟਾਲਾ ਨਹੀਂ ਹੈ, ਇਹ ਬਿਲਕੁਲ ਸਪਸ਼ਟ ਸਾਫ਼ ਸੁਥਰੀ ਡੀਲ ਹੈ ਔਰ ਸੁਰੱਖਿਆ ਮੁੱਦਿਆਂ ਨੂੰ ਮੁੱਖ ਰੱਖਦੇ ਹੋਏ ਕੁਝ ਚੀਜ਼ਾਂ ਪਬਲਿਕ ਡੋਮੇਨ ਦੇ ਵਿੱਚ ਸ਼ੇਅਰ ਨਹੀਂ ਕੀਤੀਆਂ ਜਾ ਸਕਦੀਆਂ। ਰਾਹੁਲ ਗਾਂਧੀ ਜੀ ਦੀ ਪਾਰਟੀ ਦੇ ਨਾਲ ਉਹਨਾਂ ਦੇ ਜਿਹੜੇ ਆਫਿਸ ਬੇਅਰਸ ਨੇ, ਸਾਬਕਾ ਮੰਤਰੀ ਨੇ, ਸਾਬਕਾ ਪ੍ਰਧਾਨ ਮੰਤਰੀ ਨੇ, ਬਹੁਤ ਸਾਰੇ ਲੋਕ ਇਹ ਨੇ ਜਿਨ੍ਹਾਂ ਨੂੰ ਇਸ ਚੀਜ਼ ਦੀ ਜਾਣਕਾਰੀ ਭਲੀ ਭਾਂਤ ਹੈ ਕਿ ਸਰਕਾਰ ਦੀਆਂ ਕੁਝ ਲਿਮੀਟੇਸ਼ਨ ਹੁੰਦੀਆਂ ਨੇ ਸੁਰੱਖਿਆ ਦੇ ਮੁੱਦਿਆਂ ਦੇ ਉੱਤੇ, ਉਹ ਹਰ ਗੱਲ ਸਾਰਵਜਨਿਕ ਤੌਰ 'ਤੇ ਮੀਡੀਆ ਨਾਲ ਜਾਂ ਪਬਲਿਕ ਨਾਲ ਨਹੀਂ ਕੀਤੀ ਜਾ ਸਕਦੀ ਜਦ ਤੱਕ ਦੇਸ਼ ਦੀ ਸੁਰੱਖਿਆ ਦਾ ਇਸ਼ੂ ਹੋਵੇ। ਬਿਊਰੋ ਰਿਪੋਰਟ, ਲੁਧਿਆਣਾ।